मैं 3 महीने कुड़ी दा उल्लू बना के रखा। तेरा कोई नुकसान तो नहीं किया उस तो बाद? मैं अग्गे बिच अग्गे अग्गे उल्ट चाक के मेरे पीछे इमोशंस इमोशंस नाल के डे तो अनु आज कितना ना महसूस हो रहा, मैं जानना चाहना है। ਸੋਸ਼ਲ ਮੀਡੀਆ ਚਲਾਉਂਦੇ ਤੁਸੀਂ? ਮੈਂ ਵੀ ਚਲਾਉਂਦੀ ਹਾਂ। ਤੁਸੀਂ ਵੀ ਚਲਾਉਂਦੇ ਹੋ? ਨਹੀਂ ਤਾਂ ਪਤਾ ਨਹੀਂ, ਮੈਂ ਤਾਂ ਚਲਾਉਂਦੀ ਹਾਂ। ਸਾਰੇ ਚਲਾਉਂਦੇ ਆ ਆਪਾਂ ਨਾ, ਸਾਰੇ ਚਲਾਉਂਦੇ ਆ ਇਸ ਟਾਈਮ ਤੇ। ਮੈਂ ਵੀ ਚਲਾਉਂਦਾ ਆ ਪਰ ਮੇਰੇ ਨਾਲ ਬੜਾ ਧੋਖਾ ਹੋਇਆ। ਮੈਂ ਨਾ 2 ਦਿਨ ਲਗਾਤਾਰ ਮੈਂ ਗੱਲ ਕੀਤੀ ਹੈ ਕਿਸੇ ਨਾਲ, ਬੈਨੀਫਿਟ ਜਿਹੜਾ ਹੋਇਆ ਨਾ ਮੈਨੂੰ ਪਤਾ, ਮੈਨੂੰ ਪਤਾ ਮੈਂ ਕੀਤਾ ਇਹ ਕਾਰਡ। ਕੀ ਕੀਤਾ ਤੁਸੀਂ? ਕੀ ਤੁਸੀਂ ਹੋ? ਨਹੀਂ ਫਿਰ ਠੀਕ ਆ, ਦੱਸੋ ਤੁਸੀਂ ਪਹਿਲਾਂ ਪਹਿਲਾਂ ਕਾਂਡ ਦੱਸੋ, ਫਿਰ ਮੈਂ ਆਪਣਾ ਦੱਸਦਾ 2 ਦਿਨਾਂ ਦਾ ਮੇਰਾ। ਮੈਂ ਇੰਸਟਾਗ੍ਰਾਮ ਚਲਾਉਂਦੀ ਹਾਂ, ਠੀਕ ਹੈ, ਅਤੇ ਜਿਹੜੀ ਮੇਰੀ ਇੱਕ ID ਉਹ 3 ਸਾਲ ਪੁਰਾਣੀ ਹੈ, ਅਤੇ ਜਿਹੜੀ ਦੂਜੀ ਹੁਣ ਮੈਂ ਨਵੀਂ ਨਵੀਂ ਯੂਜ਼ ਕੀਤੀ। ਤੇ ਜਿਵੇਂ ਹੁਣ ਮੈਂ ਸੁਣਦੀ ਹਾਂ ਕਿ ਮੇਰੀ ਫਰੈਂਡ ਨੇ ਦੂਜੀ ਫਰੈਂਡ ਨਾਲ ਪ੍ਰੈਂਕ ਕੀਤਾ, ਤੇ ਮੈਂ ਕਿਹਾ ਚਲ ਮੈਂ ਵੀ ਟਰਾਈ ਕਰਕੇ ਦੇਖਦੀ ਹੁੰਦਾ ਕਿ ਨਹੀਂ ਹੁੰਦਾ। ਤੇ ਮੈਂ ਬੋਇਜ਼ ਨਾਮ ਤੋਂ ਫੇਕ ID ਬਣਾਈ, ਠੀਕ ਹੈ, ਸੁਨੀਲ ਕੁਮਾਰ ਕੁਛ ਕੀ ਕਰਕੇ। ਤੇ ਉਸ ਤੋਂ ਬਾਅਦ ਉਹਦੇ 'ਚ ਗੂਗਲ 'ਚ ਗਈ, ਗੂਗਲ 'ਚ ਉਸੇ ਮੁੰਡੇ ਦੀ ਨਾ ਗੂਗਲ ਚ ਉਸੇ ਮੁੰਡੇ ਦੀ ਨਾ ਮੈਂ 3-4 ਫੋਟੋਆਂ ਲੈ ਲਈਆਂ। ਲੋ ਜੀ, ਠੀਕ ਹੈ, ਮੈਂ ਉਹ ਪੋਸਟ ਕਰਤੀ। 4 ਦਿਨ ਇਦਾਂ ਚੱਲਿਆ, 4 ਦਿਨ ਚ ਲਾਈਕ ਕਮੈਂਟ ਆ ਗਏ ਕਿਉਂਕਿ ਮੁੰਡਾ ਬੜਾ ਸੋਹਣਾ ਸੀ। ਇਸ ਤਰ੍ਹਾਂ ਦੇ ਬੱਚੇ ਵੀ ਤੁਸੀਂ ਦੇਖ ਸਕਦੇ ਹੋ, ਇਹਨਾਂ ਦੀ ਸ਼ਕਲ ਦੇਖੋ, ਇਹਨਾਂ ਲੱਗਦਾ ਕਿਤੇ ਇਹਨਾਂ ਨੇ ਐਜੀ ਕਿਸੇ ਕੀ ਇਹਨਾਂ ਨੇ ਕਦੇ ਮੱਖੀ ਨਾ ਮਾਰੀ ਹੋਵੇ, ਇਹਨਾਂ ਦੀ ਸ਼ਕਲ ਤੋਂ ਨਜ਼ਰ ਆਉਂਦਾ ਹੈ, ਪਰ ਇਹਨਾਂ ਨੇ ਬੰਦੇ ਮਾਰੇ ਪਏ ਨੇ। ਚਲੋ ਹਾਂਜੀ ਬੋਲੋ। 4-5 ਦਿਨ ਚ ਮੇਰੇ 200 ਫੋਲੋਵਰ ਆ ਗਏ, ਮਤਲਬ ਜਿਵੇਂ ਕਿ ਉਹ ਫੇਕ ਨਾ ਲੱਗੇ, ਮਤਲਬ ਕਿ ਮੁੰਡੇ ਬੜਾ ਸੋਹਣਾ ਸੀ। ਸ਼ਕਲ ਦੇਖ ਲਓ ਇਹਨਾਂ ਦੀ ਫਸਟ ਯਾਰ। ਹਾਂਜੀ, ਤੁਹਾਡੇ ਨਾਲ ਵੀ ਹੋ ਸਕਦਾ ਬਚ ਕੇ। ਬਚ ਕੇ ਜੀ। ਉਸ ਤੋਂ ਬਾਅਦ ਸੁਨੀਲ ਕੁਮਾਰ ਆ ਗਏ ਸਾਡੇ ਸਾਹਮਣੇ, ਸੁਨੀਲ ਕੁਮਾਰ ਜੀ ਬੈਠੇ ਨੇ। ਹਾਂਜੀ, ਤੇ ਮੈਂ ਕਿਹਾ ਹੁਣ ਮੈਂ ਸੋਚ ਰਹੀ ਮੈਂ ਕਿਹੜੀ ਫਰੈਂਡ ਨੂੰ ਕਰਾਂ। ਮੈਂ ਪਹਿਲਾਂ ਤਨੂੰ ਨੂੰ ਸੋਚਿਆ ਸੀ, ਤੇ ਫਿਰ ਮੈਂ ਕਿਹਾ ਤਨੂੰ ਚਲਾਉਂਦੀ ਹੈ। ਤੁਹਾਡਾ ਨਾਮ? ਹਾਂਜੀ, ਨਹੀਂ, ਫਿਰ ਮੈਂ ਕਿਹਾ ਤਨੂੰ ਚਲਾਉਂਦੀ ਨਹੀਂ ਹੈ ਔਰ ਇਹਨੂੰ ਪਤਾ ਲੱਗ ਜਾਣਾ ਕਿ ਇਹ ਫੇਕ ID ਹੈ, ਤੇ ਇਹ ਥੋੜੀ ਤੇਜ਼ ਵੀ ਹੈ। ਤੇ ਮੈਂ ਸੋਚਿਆ ਇੱਕ ਏਦਾਂ ਦੀ ਕੁੜੀ ਫੜਨੀ ਜਿਹੜੀ ਭੋਲੀ ਜੀ ਥੋੜੀ ਜੀ ਹੋਵੇ ਪਰ ਉਹ ਤੇਜ਼ ਹੈ, ਠੀਕ ਹੈ। ਤੇ ਉਹ ਮੇਰੇ ਨਾਲ 7 ਸਾਲ ਦਾ ਸਾਡੇ ਨਾਲ ਫਰੈਂਡਸ਼ਿਪ ਹੈ, ਠੀਕ ਹੈ। ਤੇ ਉਹਨੂੰ ਮੈਂ ਮੈਸੇਜ ਕਰਤਾ ਹਾਏ, ਤੇ ਕੁੜੀ ਨੇ ਵੀ ਮਤਲਬ ਕਿ ਕਹਿੰਦੀ ਹਾਂਜੀ ਬੋਲੋ, ਔਰ ਉਹ ਮੇਰੀ 7 ਸਾਲ ਪੁਰਾਣੀ ਫਰੈਂਡ ਹੈ। ਦੇਖ ਲਓ ਦੋਸਤੋ, ਇਸ ਤਰ੍ਹਾਂ ਤੁਹਾਡੇ ਨਾਲ ਵੀ ਹੋ ਸਕਦਾ ਹੈ। ਸੁਨੀਲ ਕੁਮਾਰ ਜੀ ਨੇ ਆਪਣੀ ਇਤਿਹਾਸ ਦੱਸਿਆ, ਮੈਂ ਇਹਨੂੰ ਫੋਲੋ ਕੀਤਾ ਸੀ ਨਾ, ਇਹਦੀ ID ਨੂੰ ਸ਼ਕਲ ਦੇਖ ਲਓ, ਆਹ ਕੁੜੀ ਸੀਗੀ ਕੋਈ ਹੋਰ ਨਹੀਂ। ਸ਼ਕਲ ਇਹਨਾਂ ਦੀ ਵੀ ਦੇਖ ਲਓ, ਇਹ ਕਿਲੀ ਹੈ। ਮੈਂ ਸੰਗਤ ਦਾ ਕਿੰਨੇ ਅਸਰ ਜ਼ਰੂਰ ਹੁੰਦਾ ਹੈ ਕਿਤੇ ਨਾ ਕਿਤੇ। ਮੈਂ 3 ਮਹੀਨੇ ਕੁੜੀ ਦਾ ਉੱਲੂ ਬਣਾ ਕੇ ਰੱਖਿਆ, ਉਹ ਜਦ ਵੀ ਕਹਿੰਦੀ ਸੀ ਕਾਲ ਕਰੋ, ਮੈਂ ਕਹਿੰਦੀ ਸੀ ਨਹੀਂ ਯਾਰ ਮੈਂ ਜੌਬ ਤੇ ਆ, ਤੇ ਜਦ ਵੀ ਕਹਿੰਦੀ ਸੀ ਰਾਤ ਨੂੰ ਕਰ ਲਓ, ਫਿਰ ਮੈਂ ਕਹਿੰਦੀ ਸੀ ਮੈਂ ਰਾਤ ਦੀ ਸ਼ਿਫਟ 'ਚ। ਇੱਦਾਂ ਕਰਕੇ ਮੈਂ ਕੋਈ ਇਸ ਤਰ੍ਹਾਂ ਦੇ ਮਿਹਨਤੀ ਇਨਸਾਨਾਂ ਨੂੰ, ਸੁਨੀਲ ਕੁਮਾਰ ਜੀ ਬਹੁਤ ਮਿਹਨਤੀ ਇਨਸਾਨ ਨੇ, ਮੈਂ ਤੁਹਾਨੂੰ ਦੱਸਣਾ ਚਾਹਨਾ ਆ, ਇਹ ਰਾਤ ਦੀਆਂ ਸ਼ਿਫਟਾਂ ਵੀ ਤੇ ਦਿਨ ਦੀਆਂ ਸ਼ਿਫਟਾਂ ਵੀ ਆਸ਼ਕੀਆਂ ਮਾਰਨ ਨੂੰ ਤੇਜ਼ ਨੇ। ਕੱਲਿਆਂ ਨੇ ਤਬਾਹੀ ਲਿਆਂਦੀ ਪਈ ਹੈ ਦੁਨੀਆ ਨੂੰ, ਫਿਰ ਇੰਸਟਾਗ੍ਰਾਮ ਵਾਲੇ ਉੱਲੂ ਬਣੇ ਪਏ ਇਹਨਾਂ ਦੇ ਪਿੱਛੇ। ਤੇ ਉਸ ਤੋਂ ਬਾਅਦ ਮਤਲਬ ਕਿ ਫਿਰ ਮੇਰੇ ਹੋਰ ਕਮੈਂਟ ਆਉਣ ਲੱਗ ਗਏ, 1-2 ਹੋਰ ਕੁੜੀਆਂ ਦੇ ਮੈਸੇਜ ਆ ਗਏ, ਪਰ ਮੈਂ ਉਹਨਾਂ ਦਾ ਰਿਪਲਾਈ ਨਹੀਂ ਦਿੱਤਾ ਕਿਉਂਕਿ ਮੇਰਾ ਫੋਕਸ ਮੇਰੇ ਫਰੈਂਡ ਤੇ ਸੀ। 3 ਮਹੀਨੇ ਮੈਂ ਉਹਨਾਂ ਨੂੰ ਉੱਲੂ ਬਣਾਇਆ। ਦੇਖੋ ਅਗਲੇ ਦਿਨ ਮੈਂ ਉਹਨੂੰ ਕਿਹਾ ਤੂੰ ਸਕੂਲ 'ਚ ਆਏਂਗੀ, ਕਹਿੰਦੀ ਹਾਂ ਸਾਡੇ ਪੇਪਰ ਚੱਲ ਰਹੇ ਹਨ। ਤੇ ਉਹਨੇ ਆਪਣਾ ਸਕੂਲ ਐਡਰੈਸ ਸਾਰਾ ਕੁਝ ਮੈਨੂੰ ਦੱਸਤਾ। ਓਹੋ, ਬਾਰੇ ਡੂੰਗਾ ਯਾਰ, ਨੰਬਰ ਤੱਕ ਆ ਗਿਆ ਕਿਉਂਕਿ ਉਹ ਕਹਿ ਰਹੀ ਸੀ ਗੱਲ ਕਰੋ, ਤੇ ਮੈਂ ਤਾਂ ਇਹੀ ਕਹਿੰਦੀ ਸੀ ਮੈਂ ਤਾਂ ਸ਼ਿਫਟ 'ਚ ਆ, ਇੱਧਰ ਆ ਉੱਧਰ ਆ, ਤੇ ਆ ਫੈਮਿਲੀ ਪ੍ਰੋਬਲਮ ਆ ਗਈ ਹੈ, ਹਸਪੀਟਲ 'ਚ ਆ, ਕੁਝ ਵੀ ਝੂਠ ਬੋਲ ਦਿੰਦੀ ਸੀ। ਕੋਈ ਖਾਣ ਪੀਣ ਲਈ ਚੀਜ਼ ਤਾਂ ਨਹੀਂ ਮੰਗਾਈ ਉਹਦੇ ਤੋਂ? ਨਹੀਂ ਨਹੀਂ, ਹਜੇ ਤੁਸੀਂ ਦਿੰਦੇ ਹੋਗੇ ਸੁਨੀਲ ਕੁਮਾਰ ਜੀ? ਨਹੀਂ 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 ਨਹੀਂ, ਲੈਣਾ ਨੇ ਜੇ ਦੇਣਾ ਨੇ ਜੋ। ਤੇ ਉਸ ਤੋਂ ਬਾਅਦ ਜਿਹੜੀ ਮੇਰੀ ਫਰੈਂਡ ਹੈ ਉਹ ਅਗਲੇ ਦਿਨ ਕਹਿੰਦੀ ਮੈਂ ਆਊਂਗੀ, ਤੁਸੀਂ ਨਾ ਮੇਰੇ ਸਕੂਲ ਦੇ ਬਾਹਰ ਮਿਲਿਓ। ਮੈਂ ਕਿਹਾ ਚੱਲ ਠੀਕ ਹੈ। ਤੇ ਕੁੜੀ ਪਹੁੰਚੀ, ਮੈਂ ਪਹੁੰਚੀ, ਹੁਣ ਮੈਨੂੰ ਤਾਂ ਪਤਾ ਮੇਰੀ ਫਰੈਂਡ ਹੈ। ਤੇ ਮੈਂ ਕਿਹਾ ਹੋਰ ਫਿਰ? ਕਹਿੰਦੀ ਕਿ ਮੈਂ ਕਿਹਾ ਹੋਰ ਬੁਆਏਫ੍ਰੈਂਡ ਦਾ ਕੀ ਹਾਲ ਹੈ? ਕਹਿੰਦੀ ਵਧੀਆ, ਬਸ ਸੋਹਣਾ। ਉਹਨੇ ਕਿਹਾ ਨਹੀਂ ਕਿਤੇ ਨਾ ਫੋਟੋ ਦਿਖਾਣੀ ਹੈ, ਮੈਂ ਦਿਖਾ ਦੇ ਫੋਟੋ। ਤੇ ਜਿਹੜੇ ਵਿਚਾਰਾ ਸ਼ਿਫਟਾ ਲਗਾ ਰਿਹਾ ਉਹਦੀਆਂ ਫੋਟੋਆਂ ਦਿਖਾ ਰਿਹਾ। ਹਾਂਜੀ, ਅੱਗੇ। ਤੇ ਮੈਂ ਕਿਹਾ ਫੋਟੋ, ਕਹਿੰਦੀ ਫੋਟੋ ਦਿਖਾਣੀ। ਮੈਂ ਕਿਹਾ ਚੱਲ ਦਿਖਾ ਦੇ ਕੋਈ ਨਾ।
ਤੇ ਜਦੋਂ ਉਹਨੇ ਫੋਟੋ ਦਿਖਾਈ ਫਿਰ ਮੈਨੂੰ ਪਤਾ ਹੈ ਕਿ ਮੈਂ ਉਹੀ ਮੈਂ ਹੀ ਆ ਤੇ ਠੀਕ ਹੈ ਤੇ ਉਸ ਤੋਂ ਬਾਅਦ ਮੈਂ ਕਿਹਾ ਤੈਨੂੰ ਪਤਾ ਸੁਨੀਲ ਕੁਮਾਰ ਦੀ ਫੇਕ ਆਈਡੀ ਹੋਊਗੀ ਕਹਿੰਦੀ ਨਹੀਂ ਯਾਰ ਬੰਦਾ ਸਾਰੀ ਰਾਤ ਸਾਰਾ ਦਿਨ ਮੇਰੇ ਨਾਲ ਗੱਲ ਕਰਦਾ ਵਾ ਫੇਕ ਕਿਵੇਂ ਹੋ ਸਕਦਾ ਮੈਨੂੰ ਪਤਾ ਇਹ ਵਿਹਲੀ ਆ ਤੇ ਜਦ ਮੈਂ ਉਹਨੂੰ ਦੱਸਿਆ ਕਿ ਉਹ ਮੈਂ ਹੀ ਸੀ ਸ਼ੁਕਰ ਕਰੋ ਉਹਨੇ ਤੇਰਾ ਕੋਈ ਨੁਕਸਾਨ ਤਾਂ ਨਹੀਂ ਕੀਤਾ ਉਸ ਤੋਂ ਬਾਅਦ ਮੈਂ ਅੱਗੇ ਵਿੱਚ ਅੱਗੇ ਅੱਗੇ ਉਹ ਇੱਟ ਚੱਕ ਕੇ ਮੇਰੇ ਪਿੱਛੇ ਮਤਲਬ ਉਹਨੇ ਤਿੰਨ ਘੰਟੇ ਮੇਰੇ ਤੇ ਯਕੀਨ ਨਹੀਂ ਕੀਤਾ ਔਰ ਇੰਨਾ ਰੋਈ ਉਹ ਇੰਨਾ ਜਿਹੜਾ ਤੂੰ ਉਹਦੇ ਤੇ ਕੀਤਾ ਉਹ ਦੱਸ ਮੈਨੂੰ ਤੂੰ ਅਗਲੇ ਦੇ ਯਕੀਨ ਤੋੜਿਆ ਉਹਦਾ ਭਰੋਸਾ ਤੋੜਿਆ ਫੀਲਿੰਗ ਨਾਲ ਖੇਡੀ ਤੈਨੂੰ ਕਿਵੇਂ ਦਾ ਲੱਗਿਆ ਇਮੋਸ਼ਨਸ ਨਾਲ ਖੇਡੀ ਤੁਹਾਨੂੰ ਅੱਜ ਕਿੱਦਾਂ ਦਾ ਮਹਿਸੂਸ ਹੋ ਰਿਹਾ ਮੈਂ ਜਾਣਨਾ ਚਾਹੁੰਦਾ ਹਾਂ ਇਹ ਤਾਂ ਵੀ ਦੰਦ ਕੱਢ ਰਹੀ ਉਹ ਕੁੜੀ ਪਤਾ ਨਹੀਂ ਕਿਸੇ ਹੋਰ ਨਾਲ ਗੱਲ ਕਰੇ ਇਹ ਡਰਦੇ ਮਾਰੇ ਮੈਨੂੰ ਇੰਨਾ ਮਜ਼ਾ ਆਇਆ ਇਹਦਾ ਬੀਆ ਕਿਹਨੂੰ ਧੋਖਾ ਦੇ ਸਕਦਾ ਮੈਨੂੰ ਇੰਨਾ ਮਜ਼ਾ ਆਇਆ ਸੱਚੀ ਹੁਣ ਮੈਂ ਸੋਚਦੀ ਹਾਂ ਹੁਣ ਮੈਂ ਕਿਹੜੀ ਫਰੈਂਡ ਨੂੰ ਕਰਾਂ ਬਟ ਉਹਨੇ ਸਾਰਿਆਂ ਨੂੰ ਦੱਸਤਾ ਕਿ ਕੀਰਤ ਇੱਦਾਂ ਦੇ ਕੰਮ ਕਰਦੇ ਬਚ ਕੇ ਨੇ ਉਹ ਦੋਸਤੋ ਤੁਸੀਂ ਦੇਖ ਸਕਦੇ ਹੋ ਕੁੜੀ ਦੀਆਂ ਕੁੜੀ ਨੂੰ ਪਰੇਸ਼ਾਨ ਕਰ ਰਹੀ ਕੁੜੀ ਨੂੰ ਪਰੇਸ਼ਾਨ ਨਹੀਂ ਸੁਨੀਲ ਕੁਮਾਰ ਜੀ ਕਿਸੇ ਕੁੜੀ ਨੂੰ ਪਰੇਸ਼ਾਨ ਕਰ ਰਹੇ ਆ ਤੇ ਮੈਂ ਇੱਦਾਂ ਕਹਿ ਸਕਦਾ ਹੁਣ ਵੀ ਮੇਰੀ ਉਹ ਆਈਡੀ ਹੁਣ ਮੈਂ ਬੰਦ ਕਰਤੀ ਕਿਉਂਕਿ ਮੇਰੀ ਫਰੈਂਡ ਨੇ ਮੇਰੇ ਨਾਲ ਰਿਲੇਸ਼ਨ ਤੋੜਤਾ ਓਏ ਹੋਏ ਤੋੜਨਾ ਹੀ ਸੀ ਕੰਮ ਹੋਣਗੇ ਮੱਖੀ ਨਾ ਮਾਰੀ ਹੋਵੇ ਤੇ ਮੁੰਡਿਆਂ ਦੇ ਦਿਲ ਮਾਰਨ ਲੱਗੀ ਹੋਈ ਆ ਸ਼ਕਲ ਦੇਖੋ ਸ਼ਕਲ ਇਹ ਪੋਲੀ ਸੂਰਤ ਦੇ ਪਿੱਛੇ ਬਹੁਤ ਵੱਡਾ ਕਾਲਾ ਰਾਜ਼ ਹੈ ਇਹ ਪੂਰੇ ਬ੍ਰੇਕਿੰਗ ਨਿਊਜ਼ ਦੇ ਉੱਤੇ ਕੰਮ ਕਰਦੇ ਆਏ ਨੇ ਕੋਈ ਅੱਜ ਤੱਕ ਤੇ ਕੰਮ ਕਰਦੇ ਸੀ ਨਹੀਂ ਜੀ ਮੈਂ ਤਾਂ ਇਹ ਤਾਂ ਏਪੀਪੀ ਦੇ ਕਰਦੇ ਨੇ ਏਪੀਪੀ ਨੋ ਮੈਂ ਡੇਲੀ ਡੋਸ ਟੀਵੀ ਤੇ ਕੰਮ ਕਰਦੀ ਓ ਮਾਈ ਗੋਡ ਥੈਂਕ ਯੂ ਸੋ ਮਚ ਡੇਲੀ ਡੋਸ ਟੀਵੀ ਨਾ ਰੋਸ਼ਨ ਕਰੇਗੀ ਸਾਨੂੰ ਲੱਗਦਾ ਤਾਂ ਨਹੀਂ ਡੇਲੀ ਡੋਸ ਟੀਵੀ ਚੈਨਲ ਦੇ ਉੱਤੇ ਗੱਲ ਕਰਨ ਲੱਗਿਆ ਕਾਲਾ ਚਿਹਰਾ ਦਿਖਾਤਾ ਇਹਨੇ ਕਮੈਂਟ ਦੇ ਵਿੱਚ ਸਾਫ਼ ਤਾਂ ਦੇਖ ਲਓ ਜਿਵੇਂ ਕੁਝ ਦੱਸਤਾ ਤਾਂ ਦੋਸਤੋ ਇਸ ਤਰ੍ਹਾਂ ਦੀਆਂ ਪੋੜੀਆਂ ਸੂਰਤਾਂ ਵੱਡੇ ਵੱਡੇ ਦਿਲਾਂ ਦੇ ਉੱਤੇ ਰਾਜ ਕਰਦੀਆਂ ਨੇ ਤੁਸੀਂ ਦੇਖ ਸਕਦੇ ਹੋ ਕਿੰਨਾ ਖੂਬਸੂਰਤ ਕਿੰਨਾ ਮਾਸੂਮ ਚਿਹਰਾ ਨਹੀਂ ਚਿਹਰਾ ਨਹੀਂ ਬੂਥੀ ਹਾਂ ਤੁਹਾਡੀ ਬੜੀ ਸੋਹਣੀ ਹੈ ਅਸੀਂ ਤਾਂ ਅਹੰਕਾਰ ਕਰਦੀ ਨਹੀਂ ਇਸੇ ਚੀਜ਼ ਦਾ ਵੀ ਅਗਲੀ ਵਾਰੀ ਸਰਦੀ